ਮੈਂ ਉਸ ਦੇਸ਼ ਦਾ ਵਾਸੀ ਹਾਂ ਜਿੱਥੇ ਕਦੇ ਵੱਡੇ ਵੱਡੇ ਦਿਨ ਤੇ ਛੋਟੀਆਂ ਛੋਟੀਆਂ ਰਾਤਾਂ ਕਦੇ ਛੋਟੇ ਛੋਟੇ ਦਿਨ ਤੇ ਵੱਡੀਆਂ ਵੱਡੀਆਂ ਰਾਤਾਂ ਹੁੰਦੀਆਂ ਹਨ। ਬਰਫ਼ ਬਹੁਤ ਪੈਂਦੀ ਹੈ, ਸਰਦੀਆਂ ਬਹੁਤ ਲੰਮੀਆਂ ਤੇ ਬਹੁਤ ਠੰਡੀਆਂ ਹੁੰਦੀਆਂ ਹਨ। ਨਾਲੇ ਤਿੰਨਾਂ ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ। ਇਸ ਦਾ ਕੁੱਲ ਖੇਤਰਫਲ 3,05,470 ਵਰਗ ਕਿਲੋਮੀਟਰ ਹੈ। ਮੈਦਾਨੀ ਇਲਾਕਾ ਬਹੁਤ ਘੱਟ ਹੈ। 19 ਮਾਰਚ 2012 ਨੂੰ ਨਾਰਵੇ ਦੀ ਆਬਾਦੀ 50 ਲੱਖ ਹੋ ਗਈ ਸੀ। ਇਸ ਵਿੱਚੋਂ 200 ਦੇਸ਼ਾਂ ਵਿੱਚੋਂ ਆਏ ਪ੍ਰਵਾਸੀਆਂ ਦੀ ਗਿਣਤੀ 6,55,000 ਹੈ। ਇਹਨਾਂ ਵਿੱਚੋਂ 29.6% ਹੋਸਟਲ ਵਿੱਚ ਰਹਿੰਦੇ ਹਨ। ਆਦਮੀ ਤੇ ਔਰਤਾਂ ਦਾ ਅਨੁਪਾਤ 50.1 ਤੇ 49.9 ਤਕਰੀਬਨ ਬਰਾਬਰ ਹੈ। ਮਰਦ 25% ਹਾਇਰ ਐਜੂਕੇਸ਼ਨ ਲੈਂਦੇ ਹਨ, ਜਦਕਿ ਔਰਤਾਂ 30% ਹਾਇਰ ਐਜੂਕੇਸ਼ਨ ਲੈਂਦੀਆਂ ਹਨ। ਪੰਜਾਬੀ ਨਾਰਵੇ ਵਿੱਚ 1970 ਵਿੱਚ ਪਹੁੰਚਣੇ ਸ਼ੁਰੂ ਹੋਏ। ਮਾਂ ਬੋਲੀ ਨੂੰ ਨਾਰਵੇ ਸਰਕਾਰ ਬਹੁਤ ਅਹਿਮੀਅਤ ਦਿੰਦੀ ਹੈ। ਸ਼ੁਰੂ ਵਿੱਚ ਤਾਂ ਜੇ ਕਿਸੇ ਸਕੂਲ ਵਿੱਚ ਇੱਕ ਬੱਚਾ ਹੀ ਪੰਜਾਬੀ ਸੀ ਤਾਂ ਉਸਨੂੰ ਪੰਜਾਬੀ ਪੜ੍ਹਾਉਣ ਲਈ ਅਧਿਆਪਕ ਦਾ ਪ੍ਰਬੰਧ ਕੀਤਾ ਜਾਂਦਾ ਸੀ, ਪਰ ਹੌਲੀ ਹੌਲੀ ਇਹ ਸਹੂਲਤ ਘੱਟਦੀ ਗਈ। ਕਿੰਡਰਗਾਰਟਨ ਵਿੱਚ ਬੱਚਿਆਂ ਨੂੰ ਅੱਜ ਵੀ ਮਾਂ ਬੋਲੀ ਦੀ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਕੂਲਾਂ ਵਿੱਚ ਸਕੂਲ ਦੇ ਪ੍ਰਿੰਸੀਪਲ ਤੇ ਇਹ ਗੱਲ ਛੱਡ ਦਿੱਤੀ ਗਈ ਹੈ ਕਿ ਉਹ ਫੈਸਲਾ ਕਰੇ ਕਿ ਬੱਚਿਆਂ ਨੂੰ ਇਹ ਸਹੂਲਤ ਦੇਣੀ ਹੈ ਜਾਂ ਨਹੀਂ, ਕਿਉਂਕਿ ਉਸਨੇ ਸਕੂਲ ਦੇ ਬਜਟ ਅਨੁਸਾਰ ਚੱਲਣਾ ਹੈ। ਇਸ ਲਈ ਉਹ ਸਾਰੀਆਂ ਮਾਂ ਬੋਲੀਆਂ ਨਾਲ ਇਨਸਾਫ ਨਹੀਂ ਕਰ ਸਕਦਾ। ਸੋ ਕਈ ਸਕੂਲਾਂ ਵਿੱਚ ਮਾਂ ਬੋਲੀ ਦੀ ਸਹੂਲਤ ਠੀਕ ਠਾਕ ਹੈ ਅਤੇ ਕਈ ਸਕੂਲਾਂ ਵਿੱਚ ਘੱਟ ਜਾਂ ਨਾ ਮਾਤਰ। ਔਸੋ ਅਤੇ ਗ੍ਰਾਮਣ ਦੋ ਸ਼ਹਿਰ ਨੇੜੇ ਹਨ ਜਿੱਥੇ ਪੰਜਾਬੀਆਂ ਦੀ ਬਹੁ ਗਿਣਤੀ ਹੈ। ਇਹਨਾਂ ਦੋਵਾਂ ਸ਼ਹਿਰਾਂ ਵਿੱਚ ਪੰਜਾਬੀ ਸਕੂਲ ਚੱਲ ਰਹੇ ਹਨ, ਅਧਿਆਪਕ ਮੁਫ਼ਤ ਸੇਵਾ ਕਰ ਰਹੇ ਹਨ, ਕਿਸੇ ਪਾਸਿਓਂ ਕੋਈ ਆਰਥਿਕ ਸਹਾਇਤਾ ਨਹੀਂ ਮਿਲਦੀ। ਔਸੋ ਵਿੱਚ ਹਰ ਸ਼ੁੱਕਰਵਾਰ 6 ਤੋਂ 8 ਵਜੇ ਤੱਕ ਪੰਜਾਬੀ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਤਕਰੀਬਨ 200 ਬੱਚੇ ਪੜ੍ਹਨ ਆਉਂਦੇ ਹਨ। 15 ਤੋਂ 20 ਅਧਿਆਪਕ ਇਸ ਨੇਕ ਕੰਮ ਵਿੱਚ ਆਪਣਾ ਆਪਣਾ ਯੋਗਦਾਨ ਪਾ ਰਹੇ ਹਨ। ਇਸੇ ਤਰ੍ਹਾਂ ਗ੍ਰਾਮ ਸ਼ਹਿਰ ਵਿੱਚ ਹੈ, ਮਾਪੇ ਵੀ ਆਪਣੇ ਤੌਰ 'ਤੇ ਬੱਚਿਆਂ ਨੂੰ ਘਰ ਪੜ੍ਹਾਉਂਦੇ ਹਨ ਅਤੇ ਕੋਸ਼ਿਸ਼ ਕਰਦੇ ਹਨ ਕਿ ਬੱਚੇ ਘਰ ਵਿੱਚ ਪੰਜਾਬੀ ਵਿੱਚ ਹੀ ਗੱਲਬਾਤ ਕਰਨ। ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਨਾਰਵੇ ਵਿੱਚ ਬੱਚਿਆਂ ਦੀ ਪੰਜਾਬੀ ਬੋਲਚਾਲ ਬਹੁਤ ਵਧੀਆ ਹੈ। ਸਕੂਲਾਂ ਵਿੱਚ ਬੱਚਿਆਂ ਨੂੰ ਫਰੈਂਚ, ਜਰਮਨ, ਸਪੈਨਿਸ਼ ਆਪਸ਼ਨਲ ਸਬਜੈਕਟ ਤੌਰ 'ਤੇ ਪੜ੍ਹਾਈਆਂ ਜਾਂਦੀਆਂ ਹਨ। ਪੰਜਾਬੀ ਭਾਵੇਂ ਸਕੂਲਾਂ ਵਿੱਚ ਇੰਝ ਨਹੀਂ ਪੜ੍ਹਾਈ ਜਾਂਦੀ, ਪਰ ਬੱਚੇ ਸੀਨੀਅਰ ਸੈਕੰਡਰੀ ਸਕੂਲ ਦੇ ਇਹਨਾਂ ਭਾਸ਼ਾਵਾਂ ਦੇ ਬਰਾਬਰ ਪੰਜਾਬੀ ਦਾ ਇਮਤਿਹਾਨ ਦੇ ਸਕਦੇ ਹਨ। ਇਸ ਦਾ ਸਾਡੇ ਬੱਚਿਆਂ ਨੂੰ ਬਹੁਤ ਫਾਇਦਾ ਹੈ ਕਿ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਥੋੜ੍ਹੀ ਮਿਹਨਤ ਕਰਕੇ ਚੰਗੇ ਨੰਬਰ ਲੈ ਸਕਦੇ ਹਨ, ਜੋ ਉਹਨਾਂ ਦੀ ਉਚੇਰੀ ਵਿਦਿਆ ਲਈ ਦਾਖਲੇ ਵਿੱਚ ਮਦਦ ਕਰਦੇ ਹਨ। ਜਿੱਥੋਂ ਤੱਕ ਬੱਚਿਆਂ ਦੀਆਂ ਪੰਜਾਬੀ ਦੀਆਂ ਕਿਤਾਬਾਂ ਦੀ ਗੱਲ ਹੈ, ਜੋ ਕਿਤਾਬਾਂ ਅਸੀਂ ਇੱਥੋਂ ਮੰਗਵਾਉਂਦੇ ਹਾਂ ਉਹਨਾਂ ਦਾ ਮਿਆਰ ਅਤੇ ਕੁਆਲਿਟੀ ਨਾਰਵੇ ਦੇ ਹਿਸਾਬ ਨਾਲ ਜ਼ਿਆਦਾ ਵਧੀਆ ਨਹੀਂ। ਇਹ ਲਫ਼ਜ਼ ਬੀਬੀ ਜਗਦੀਸ਼ ਕੌਰ ਦੇ ਹਨ, ਜੋ ਸੈਂਟਰਲ ਲਾਇਬ੍ਰੇਰੀ ਵਿੱਚ ਪੰਜਾਬੀ ਸੈਕਸ਼ਨ ਦੀ ਇੰਚਾਰਜ ਹੈ। ਉੱਥੇ ਮਿਆਰ ਅਤੇ ਚੰਗੀ ਕੁਆਲਿਟੀ ਦੀਆਂ ਬੱਚਿਆਂ ਦੀਆਂ ਕਿਤਾਬਾਂ ਦੀ ਜ਼ਰੂਰਤ ਹੈ। ਜਿੱਥੋਂ ਤੱਕ ਵੱਡਿਆਂ ਦੀ ਸਾਹਿਤਕ ਰੁਚੀ ਦਾ ਸਵਾਲ ਹੈ, ਬਹੁਤ ਘੱਟ ਹੈ। ਸੈਂਟਰਲ ਲਾਇਬ੍ਰੇਰੀ ਵਿੱਚ ਪੰਜਾਬੀ ਕਿਤਾਬਾਂ ਦਾ ਇੱਕ ਸੈਕਸ਼ਨ ਹੁੰਦਾ ਸੀ ਅਤੇ ਹਰ ਸਾਲ ਕੁਝ ਨਵੀਆਂ ਕਿਤਾਬਾਂ ਖਰੀਦਣ ਲਈ ਬਜਟ ਵੀ ਹੁੰਦਾ ਸੀ, ਪਰ ਉਹਨਾਂ ਕਿਤਾਬਾਂ ਨੂੰ ਇਸ਼ੂ ਕਰਾਉਣ ਅਤੇ ਪੜ੍ਹਨ ਵਾਲੇ ਬਹੁਤ ਘੱਟ ਸਨ। ਬਹੁਤੀਆਂ ਕਿਤਾਬਾਂ ਕਦੇ ਕਿਸੇ ਦੇ ਨਾਮ ਉੱਪਰ ਇਸ਼ੂ ਵੀ ਨਹੀਂ ਹੋਈਆਂ। ਪ੍ਰਬੰਧਕਾਂ ਨੇ ਪੰਜਾਬੀ ਦਾ ਸੈਕਸ਼ਨ ਬੰਦ ਕਰ ਦਿੱਤਾ, ਪਰ ਬੱਚਿਆਂ ਦੀਆਂ ਕਿਤਾਬਾਂ ਦਾ ਸੈਕਸ਼ਨ ਚੱਲ ਰਿਹਾ ਹੈ। 1980 ਵਿੱਚ ਜਗਦੀਸ਼ ਕੌਰ ਨੇ ਇੱਕ ਪਬਲਿਸ਼ਰ ਨਾਲ ਮਿਲ ਕੇ ਨਾਰਵੇਜੀਅਨ ਪੰਜਾਬੀ ਦੀ ਡਿਕਸ਼ਨਰੀ ਛਪਵਾਈ ਸੀ, ਜੋ ਨਵੇਂ ਗਏ ਪੰਜਾਬੀਆਂ ਲਈ ਬਹੁਤ ਲਾਭਕਾਰੀ ਰਹੀ। ਵੱਖ ਵੱਖ ਸਮਿਆਂ 'ਤੇ ਕੁਝ ਰਸਾਲੇ ਵੀ ਕੱਢੇ ਗਏ। ਪਹਿਲਾ ਰਸਾਲਾ ਤ੍ਰਿਚਿਆ 1978 ਵਿੱਚ ਕੱਢਿਆ ਗਿਆ, ਜੋ 1993 ਵਿੱਚ ਬੰਦ ਹੋ ਗਿਆ। 1980 ਵਿੱਚ ਇੱਕ ਹੋਰ ਰਸਾਲਾ ਪਹਿਚਾਣ ਸ਼ੁਰੂ ਹੋਇਆ, ਜੋ 2 ਸਾਲ ਬਾਅਦ ਬੰਦ ਹੋ ਗਿਆ। ਫਿਰ ਇੱਕ ਰਸਾਲਾ ਨਵੀਂ ਪੀੜ੍ਹੀ ਦੇ ਬੱਚਿਆਂ ਨੇ ਸ਼ੁਰੂ ਕੀਤਾ, ਕਿਉਂਕਿ ਪੁਰਾਣੀ ਪੀੜ੍ਹੀ ਨੂੰ ਲੜਦਿਆਂ ਝਗੜਦਿਆਂ ਵੇਖਦੇ ਸੀ, ਉਹਨਾਂ ਨੇ ਉਹਦਾ ਨਾਂ ਏਕਤਾ ਰੱਖਿਆ, ਅਤੇ ਜੋ ਛੇਤੀ ਹੀ ਆਰਥਿਕ ਤੰਗੀਆਂ ਕਾਰਨ ਬੰਦ ਹੋ ਗਿਆ। 1982 ਵਿੱਚ ਪਹਿਲਾ ਪੰਜਾਬੀ ਰੇਡੀਓ ਸ਼ੁਰੂ ਹੋਇਆ, ਜੋ 1987 ਵਿੱਚ ਆਪਸੀ ਖਿੱਚੋਤਾਣ ਅਤੇ ਆਰਥਿਕ ਤੰਗੀਆਂ ਕਾਰਨ ਬੰਦ ਹੋ ਗਿਆ। ਕੁਝ ਸਾਲ ਪਹਿਲਾਂ ਫਿਰ ਕਿਸੇ ਨੇ ਕੋਸ਼ਿਸ਼ ਕਰਕੇ ਇੱਕ ਪੰਜਾਬੀ ਰੇਡੀਓ ਸ਼ੁਰੂ ਕੀਤਾ ਅਤੇ ਅੱਜ ਕੱਲ੍ਹ ਉਹ ਵੀ ਬੰਦ ਹੋ ਗਿਆ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ ਹੈ ਕਿ ਨਾਰਵੇ ਵਿੱਚ ਪੰਜਾਬੀਆਂ ਦੀ ਆਮਦ
1970 ਵਿੱਚ ਸ਼ੁਰੂ ਹੋਈ। 15 ਅਗਸਤ 1977 ਨੂੰ 33 ਭਾਰਤੀਆਂ ਨੇ ਜੋ ਕਿ ਸਾਰੇ ਪੰਜਾਬੀ ਸਨ ਇਕੱਠੇ ਹੋ ਕੇ ਇੱਕ ਸੰਸਥਾ ਬਣਾਈ ਜਿਸਦਾ ਨਾਮ ਇੰਡੀਅਨ ਵੈਲਫੇਅਰ ਸੋਸਾਇਟੀ ਆਫ ਨਾਰਵੇ ਰੱਖਿਆ ਗਿਆ, ਜਿਸਨੇ ਅੱਜ ਵੀ ਆਪਣਾ ਕੰਮ ਨਿਰੰਤਰ ਜਾਰੀ ਰੱਖਿਆ ਹੋਇਆ ਹੈ। 1980 ਤੋਂ ਬਾਅਦ ਕਈ ਸੰਸਥਾਵਾਂ ਵਿੱਚ ਆਈਆਂ, ਕਈ ਬੰਦ ਹੋਈਆਂ, ਪਰ ਹਰ ਇੱਕ ਸੰਸਥਾ ਨੇ ਪੰਜਾਬੀ ਸੱਭਿਆਚਾਰ ਕਾਇਮ ਰੱਖਣ ਅਤੇ ਫੈਲਾਉਣ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ ਅਤੇ ਪਾ ਰਹੀਆਂ ਹਨ। ਸੱਭਿਆਚਾਰ ਪ੍ਰੋਗਰਾਮਾਂ ਲਈ ਅਸੀਂ ਜ਼ਿਆਦਾ ਲੋਕਲ ਕਲਾਕਾਰਾਂ 'ਤੇ ਹੀ ਡਿਪੈਂਡੈਂਟ ਹਾਂ। ਸਾਡੇ ਕੋਲ ਭੰਗੜੇ ਦੀਆਂ ਅਤੇ ਗਿੱਧੇ ਦੀਆਂ ਬਹੁਤ ਵਧੀਆ ਟੀਮਾਂ ਹਨ। ਇਸ ਵੇਲੇ ਨਾਰਵੇ ਵਿੱਚ ਪੰਜਾਬੀਆਂ ਦੀ ਗਿਣਤੀ ਅੰਦਾਜ਼ਨ 7,000 ਹੈ, ਪਰ ਸਾਡੀਆਂ ਸੱਭਿਆਚਾਰਕ ਗਤੀਵਿਧੀਆਂ ਉਸ ਹਿਸਾਬ ਨਾਲ ਬਹੁਤ ਜ਼ਿਆਦਾ ਹਨ। ਹਰ ਸਾਲ 4-5 ਵੱਡੇ ਛੋਟੇ ਖੇਡ ਮੇਲੇ ਲੱਗਦੇ ਹਨ, 4-5 ਤੀਆਂ ਦੇ ਮੇਲੇ ਲੱਗਦੇ ਹਨ, ਵਿਸਾਖੀ, ਦੀਵਾਲੀ, 15 ਅਗਸਤ, 26 ਜਨਵਰੀ, ਭਗਤ ਸਿੰਘ ਡੇ ਅਤੇ ਹੋਰ ਇਸ ਤਰ੍ਹਾਂ ਦੇ ਦਿਨਾਂ ਦੇ ਵੱਡੇ ਵੱਡੇ ਪ੍ਰੋਗਰਾਮ ਲੋਕਲ ਆਰਟਿਸਟਾਂ ਨੂੰ ਲੈ ਕੇ ਕਰਵਾਏ ਜਾਂਦੇ ਹਨ। ਨਾਰਵੇ ਨੂੰ ਮਾਣ ਹੈ ਕਿ ਪੰਜਾਬੀ ਦੇ ਵੱਡੇ ਵੱਡੇ ਫਨਕਾਰ ਇਸ ਧਰਤੀ ਦੇ ਆਪਣੇ ਚਰਨ ਵੀ ਪਾ ਗਏ ਹਨ। ਸਭ ਤੋਂ ਪਹਿਲਾਂ ਕੇ ਜੀ ਜਗਮੋਹਨ ਕੌਰ ਰਾਏ, ਫਿਰ ਪੁਸ਼ਪਾ ਹੰਸ, ਫਿਰ 1985 ਵਿੱਚ ਅੰਮ੍ਰਿਤਾ ਪ੍ਰੀਤਮ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਹਿੱਸਾ ਲੈਣ ਲਈ ਪਹੁੰਚੇ। 1985 ਵਿੱਚ ਹੀ ਯਾਸਾ ਸਿੰਘ ਮਸਤਾਨਾ ਜੀ ਆਏ। 1986 ਵਿੱਚ ਪੰਜਾਬ ਦੀ ਗੋਇਲ ਸੁਰਿੰਦਰ ਕੌਰ ਨੇ ਆਪਣੀ ਜਿੱਤ ਪਾਈ ਅਤੇ ਦੋ ਵਾਰ ਜਗਜੀਤ ਸਿੰਘ ਜੀ ਵੀ ਗਏ। ਅਜੋਕੇ ਪੰਜਾਬੀ ਕਲਾਕਾਰ ਸਾਰੇ ਹੀ ਨੌਰੀ ਵਿੱਚ 2-2, 3-3 ਵਾਰਾਂ ਆਪਣੀ ਚੋਰੀ ਪਾ ਚੁੱਕੇ ਹਨ, ਜਿਵੇਂ ਕਿ ਹੰਸਰਾਜ ਹੰਸ, ਗੁਰਦਾਸ ਮਾਨ, ਹਰਭਜਨ ਮਾਨ, ਬੱਬੂ ਮਾਨ, ਪਰਮੀ ਬਾਈ ਅਤੇ ਸਿੰਘ ਬੰਧੂ ਕਲਾਸੀਕਲ ਅਤੇ ਧਾਰਮਿਕ ਪ੍ਰੋਗਰਾਮ ਦੇ ਕੇ ਆਏ ਹਨ। 1991 ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਡਾਕਟਰ ਸਤੀਸ਼ ਵਰਮਾ ਆਪਣਾ ਗਰੁੱਪ ਲੈ ਕੇ ਗਏ ਅਤੇ ਰੂਹ ਪੰਜਾਬ ਦੀ ਪ੍ਰੋਗਰਾਮ ਪੇਸ਼ ਕੀਤਾ, ਜਿਸ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। 3 ਘੰਟਿਆਂ ਦੇ ਪ੍ਰੋਗਰਾਮ ਵਿੱਚ ਡਾਕਟਰ ਸਾਹਿਬ ਨੇ ਪੰਜਾਬ ਦੀ ਪੂਰੀ ਤਸਵੀਰ ਪੇਸ਼ ਕਰ ਦਿੱਤੀ। ਸਾਡੇ ਕਈ ਬੱਚੇ ਇਸ ਪ੍ਰੋਗਰਾਮ ਤੋਂ ਸੇਧ ਲੈ ਕੇ ਇਸ ਪਾਸੇ ਰੁਚੀ ਰੱਖਣ ਲੱਗ ਪਏ ਅਤੇ ਥੋੜ੍ਹੀ ਜਿਹੀ ਦੇਰ ਬਾਅਦ ਹੀ ਲਵਲੀਨ ਕੌਰ ਨੇ ਇੱਕ ਨਾਟਕ ਹੀਰ ਰਾਂਝਾ ਪੇਸ਼ ਕੀਤਾ, ਲੋਕਲ ਕਲਾਕਾਰਾਂ ਨੂੰ ਲੈ ਕੇ ਪੇਸ਼ ਖੇਡਿਆ, ਜੋ ਬਹੁਤ ਕਾਮਯਾਬ ਰਿਹਾ। ਫਿਰ ਪੰਜਾਬੀ ਯੂਨੀਵਰਸਿਟੀ ਤੋਂ ਡਾਕਟਰ ਸੁਨੀਤਾ ਕੀਰ, ਸ਼ਿਵ ਕੁਮਾਰ ਬਟਾਲਵੀ ਦੀ ਕਾਵ ਰਚਨਾ 'ਤੇ ਆਧਾਰਿਤ ਨਾਟਕ ਲੂਣਾ ਲੈ ਕੇ ਗਏ, ਜਿਸ ਨੂੰ ਡਾਕਟਰ ਸੁਨੀਤਾ ਕੀਰ ਨੇ ਡਾਇਰੈਕਟ ਵੀ ਕੀਤਾ ਅਤੇ ਵਿੱਚ ਰੋਲ ਵੀ ਕੀਤਾ। ਉਸ ਤੋਂ ਬਾਅਦ 2009 ਵਿੱਚ ਡਾਕਟਰ ਸੁਨੀਤਾ ਕੀਰ ਕੁਝ ਕਲਾਕਾਰਾਂ ਨੂੰ ਇੱਥੋਂ ਲੈ ਕੇ ਗਏ ਅਤੇ ਬਾਕੀ ਸਾਰੇ ਸਥਾਨਕ ਕਲਾਕਾਰ ਸਨ ਅਤੇ ਡਾਇਰੈਕਟਰ ਇੱਕ ਨੌਰਵੀਜੀਅਨ ਸੀ। ਅਸੀਂ ਨਾਟਕ ਤਿਆਰ ਕੀਤਾ ਪੰਜਾਬ ਦਾ ਸ਼ੀਸ਼ੇ ਵਿਚਲਾ ਅਕਸ, ਜੋ ਮੇਰਾ ਅਤੇ ਮੇਰੀ ਬੇਟੀ ਦਾ ਲਿਖਿਆ ਹੋਇਆ ਸੀ, ਜਿਸ ਵਿੱਚ ਸਾਡੀ ਪ੍ਰਵਾਸੀ ਪੰਜਾਬੀਆਂ ਦੀ ਚੰਗੀ ਮਾੜੀ ਦੁੱਖਾਂ ਸੁੱਖਾਂ ਭਰੀ ਜ਼ਿੰਦਗੀ ਨੂੰ ਬਿਆਨ ਕੀਤਾ। ਇਹ ਨਾਟਕ ਨਾਰਵੇ ਦੇ ਸਭ ਤੋਂ ਵਧੀਆ ਅਤੇ ਨਵੇਂ ਥੀਏਟਰ ਵਿੱਚ ਖੇਡਿਆ ਗਿਆ, ਜਿੱਥੇ ਦਰਸ਼ਕਾਂ ਨੂੰ 2 ਦਿਨ ਬੈਠਣ ਦੀ ਸੀਟਾਂ ਨਹੀਂ ਮਿਲੀ। ਪ੍ਰਵਾਸੀ ਪੰਜਾਬੀਆਂ ਦੀ ਜ਼ਿੰਦਗੀ 'ਤੇ ਆਧਾਰਿਤ ਇਸ ਨਾਟਕ ਨੂੰ ਪੰਜਾਬ ਵਿੱਚ ਵੀ ਦਿਖਾਉਣ ਦਾ ਮੇਰਾ ਇਰਾਦਾ ਹੈ, ਪਰ ਕਲਾਕਾਰਾਂ ਕੋਲ ਸਮੇਂ ਦੀ ਘਾਟ ਨਾ ਮਿਲਣ ਕਰਕੇ ਇਹ ਅਜਿਹਾ ਹੋਣਾ ਹੈ।